नमस्कार दोस्तों, तुसी देख रहे हो ग्रीवेंस स्टोरीज ते मैं तुहाडा अज दा होस्ट कुशागर गोगिया। वायरल एक्सप्रेस दे एपीसोड दे विच तुहाडा बहुत बहुत स्वागत करदा हां। ते पिछले बीते दिनां दे विच कैनेडा तों इक बड़ी ही अहम खबर सामने आ रही है, जो कि साडे सूत्रां वल्लों दस्या जा रहा हैगा कि महकप्रीत नाम दा इक 18 सालां दा युवक, जो कि कैनेडा दे विच अपनी फैमिली नाल पिछले 8 सालां तों रह रहा सीगा, ਤਾਂ ਉਸਦਾ ਇੱਕ 17 ਸਾਲ ਦੇ ਨੌਜਵਾਨ ਮੁੰਡੇ ਵੱਲੋਂ ਇੱਕ ਬੜਾ ਹੀ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈਗਾ। ਤਾਂ ਆਖਰ ਐਸਾ ਕਿਆ ਹੁੰਦਾ ਹੈਗਾ, ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਛੋਟੀ ਜਿਹੀ ਗੁਜ਼ਾਰਿਸ਼ ਕਰਾਂਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਜਿਨ੍ਹਾਂ ਨਾਲ ਤੁਹਾਨੂੰ ਲੇਟੈਸਟ ਨੋਟੀਫਿਕੇਸ਼ਨ ਮਿਲਦੀ ਰਹਿਣ। ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ। ਮਹਿਕਪ੍ਰੀਤ, ਜੋ ਕਿ ਪਿਛਲੇ 8 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇੱਕ ਖੁਸ਼ੀ ਦਾ ਜੀਵਨ ਬਤੀਤ ਕਰ ਰਿਹਾ ਸੀਗਾ, ਤਾਂ ਮਹਿਕਪ੍ਰੀਤ ਦਾ ਇੱਕ ਛੋਟਾ ਭਰਾ ਹੁੰਦਾ ਹੈਗਾ, ਜੋ ਕਿ ਤਮੰਨਾ ਵੀ ਸੈਕੰਡਰੀ ਸਕੂਲ ਦੇ ਵਿੱਚ, ਜੋ ਕਿ ਸਰੀ ਦੇ ਵਿੱਚ ਹੈਗਾ, 8ਵੀਂ ਜਮਾਤ ਦੇ ਵਿੱਚ ਉਹ ਪੜ੍ਹਦਾ ਹੈਗਾ। ਤਾਂ ਉਸਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਰਥਡੇ ਆਉਂਦਾ ਹੈਗਾ, ਤਾਂ ਮਹਿਕਪ੍ਰੀਤ ਸੋਚਦਾ ਹੈਗਾ ਕਿ ਉਹ ਉਸਨੂੰ ਕੱਪੜੇ ਗਿਫਟ ਕਰੇ। ਤਾਂ ਮਹਿਕਪ੍ਰੀਤ ਉਸਨੂੰ ਛੁੱਟੀ ਦਿਵਾਉਣ ਲਈ ਲੰਚ ਬ੍ਰੇਕ ਦੇ ਵਿੱਚ ਸਕੂਲ ਦੇ ਵਿੱਚ ਪਹੁੰਚ ਜਾਂਦਾ ਹੈਗਾ, ਪਰ ਜਦੋਂ ਉਹ ਪਾਰਕਿੰਗ ਲਾਟ ਦੇ ਵਿੱਚ ਆਪਣੇ ਭਰਾ ਦੀ ਵੇਟ ਕਰ ਰਿਹਾ ਹੁੰਦਾ ਹੈ, ਤਾਂ ਉੱਥੇ ਉਸਦੀ 17 ਸਾਲ ਦੇ ਇੱਕ ਨੌਜਵਾਨ ਮੁੰਡੇ ਨਾਲ ਝਗੜਾ ਹੋ ਜਾਂਦਾ ਹੈ, ਜਿਸ ਦੇ ਵਿੱਚ ਉਹਨੇ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਤਾਂ ਜਦੋਂ ਮਹਿਕਪ੍ਰੀਤ ਨੂੰ ਹਸਪੀਟਲ ਲੈ ਕੇ ਜਾਇਆ ਗਿਆ, ਤਾਂ ਇਹ ਗੱਲ ਉਸਦੇ ਫਾਦਰ ਨੂੰ ਪਤਾ ਲੱਗੀ। ਤਾਂ ਉਸਦੇ ਫਾਦਰ ਹਰਸ਼ਪ੍ਰੀਤ ਸਾਰਾ ਆਪਣਾ ਕੰਮਕਾਰ ਛੱਡ ਕੇ ਹਸਪੀਟਲ ਪਹੁੰਚੇ, ਤੇ ਉਹਨਾਂ ਨੂੰ ਜਦੋਂ ਡਾਕਟਰਾਂ ਵੱਲੋਂ ਦੱਸਿਆ ਗਿਆ, ਤਾਂ ਡਾਕਟਰਾਂ ਦਾ ਕਹਿਣਾ ਸੀਗਾ ਕਿ ਜਿਹੜਾ ਚਾਕੂ ਹੈਗਾ ਉਹ ਦਿਲ ਦੇ ਕਰੀਬ ਵੱਜਿਆ ਹੈਗਾ, ਜਿਸ ਨਾਲ ਤੁਹਾਡੇ ਬੇਟੇ ਦਾ ਬਚਣਾ ਮੁਮਕਿਨ ਹੀ ਨਹੀਂ, ਨਾਮੁਮਕਿਨ ਸੀਗਾ। ਤਾਂ ਇਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਤੇ ਜਦੋਂ ਇੱਕ ਕੈਨੇਡਾ ਦੇ ਨਿਊਜ਼ ਚੈਨਲ ਨੇ ਉਹਨਾਂ ਦੇ ਬਿਆਨ ਲਿੱਤੇ ਜਾਂ ਇੱਕ ਛੋਟੀ ਜਿਹੀ ਬਾਈਟ ਲਿੱਤੀ, ਤਾਂ ਉਹਨਾਂ ਦਾ ਕੀ ਕਹਿਣਾ ਸੀਗਾ ਤੁਸੀਂ ਆਪ ਹੀ ਸੁਣ ਲਵੋ। ਮੈਂ ਜੀ, ਮੈਂ ਦੁਬਈ 'ਚ ਰਿਹਾ 6 ਸਾਲ। ਇੱਕ ਮਿੰਟ 'ਚ ਉੱਥੇ ਯਾਨੀ ਕੋਈ ਕ੍ਰਾਈਮ ਕਰਦਾ, ਇੱਕ ਮਿੰਟ 'ਚ ਕ੍ਰਾਈਮ ਫਾਇੰਡ ਕਰ ਲੈਂਦੇ ਆ। ਮੈਂ ਕੈਨੇਡਾ ਆਇਆ ਸੀ ਬੈਟਰ ਫਿਊਚਰ ਲਈ, ਕਿ ਮੇਰੇ ਬੱਚੇ ਇੱਥੇ ਸੇਫ ਰਹਿਣਗੇ, ਆ ਰਹਿਣਗੇ। ਮੈਂ ਤਾਂ ਹੁਣ ਇੰਨਾ ਜ਼ਿਆਦਾ ਪਛਤਾ ਰਿਹਾ, ਮੈਂ ਕੈਨੇਡਾ ਆਇਆ ਕਿਉਂ ਸੀ ਆਪਦੇ ਬੱਚੇ ਲੈ ਕੇ, ਇੰਨਾ ਜ਼ਿਆਦਾ ਮੈਂ ਪਛਤਾ ਰਿਹਾ। ਇਹ 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 ਸਾਡਾ 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 ਅਜੇ ਤੱਕ ਉਦੋਂ ਤੱਕ ਹੱਥ ਨਹੀਂ ਜੋੜਨਾ ਜਦੋਂ ਤੱਕ ਉਹ ਜੇਲ੍ਹ ਨਹੀਂ ਦੇਖਣਗੇ, ਠੀਕ ਹੈ? ਠੀਕ ਹੈ, ਰੋਣ ਲਈ ਆਪਾਂ ਨੇ ਕੋਈ ਹੁਣ ਪੂਰੀ ਜ਼ਿੰਦਗੀ ਪਈ ਆ ਰੋਣ ਨੂੰ, ਮੇਰੀ ਰੋਣ ਨੂੰ ਜ਼ਿੰਦਗੀ ਪਈ ਆ। ਮੈਨੂੰ ਇੰਨਾ, ਮੈਂ ਨਾ ਬੈਟਰ ਫਿਊਚਰ ਲਈ ਮੈਂ ਸਿਟੀਜ਼ਨ PR ਕਰਾਏ, ਸਿਟੀਜ਼ਨ ਕਰਾਏ ਬੱਚੇ ਆ। ਮੇਰਾ ਬੇਟਾ ਸਿਟੀਜ਼ਨ 3 ਤਰੀਕ ਨੂੰ, ਸਾਰੇ 3 ਤਰੀਕ ਨੂੰ ਹੋਇਆ ਇਸ। ਮੈਂ ਇਸ ਕੰਮ ਕਰਕੇ ਕਰਾਏ ਸੀਗੇ ਕਿ ਮੇਰਾ ਬੇਟਾ ਕ੍ਰਾਈਮ ਕ੍ਰਾਈਮ ਕਹਿੰਦੇ ਆ, ਕਹਿੰਦੇ ਕੈਨੇਡਾ ਅਮੈਰੀਕਾ ਟੌਪ ਦੀਆਂ ਕੰਟਰੀਆਂ ਹੈਗੀਆਂ ਕ੍ਰਾਈਮ ਫਾਇੰਡ ਕਰਨ ਦੀ। ਦੁਬਈ 1 ਮਿੰਟ 'ਚ ਕ੍ਰਾਈਮ ਫਾਇੰਡ ਕਰਦਾ, ਕਿਹੜੇ ਨੇ ਕੋਈ ਉੱਥੇ ਸੋਨਾ ਸ਼ੀਸ਼ੇ ਲੱਗਿਆ ਇੱਦਾਂ ਟੰਗਿਆ ਹੈਗਾ, ਇਹਨਾਂ ਨੂੰ ਇੱਥੇ CCTV ਕੈਮਰੇ ਲੱਗੇ ਹੈਗੇ, ਸਾਰਾ ਕੁਝ ਲੱਗਾ। ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਬੰਦੇ ਨੇ ਕ੍ਰਾਈਮ ਕੀਤਾ, ਕਿਹੜੇ ਨੇ ਮਾਰਿਆ, ਇਹ ਫੜ ਨਹੀਂ ਸਕਦੇ ਹੈਗੇ। ਹੁਣ ਉਹ ਇੱਕ ਮਾਈਨਰ ਆ, ਜੇ ਉਹ ਇੱਕ ਮਾਈਨਰ ਹੁੰਦੇ ਹੋਏ ਉਹ ਇੰਨਾ ਸ਼ਾਤਰ ਹੋ ਸਕਦਾ ਕਿ ਬੰਦੇ ਦਾ ਉਹ ਦਿਲ ਦੀ ਵੇਨ ਕੱਟਣੀ ਆ ਜਿਹਦੇ ਤੋਂ ਉਹਦੀ ਸਾਰੀ ਮਤਲਬ ਬਲੱਡ ਸਰਕੂਲੇਸ਼ਨ, ਤੇ ਉਹਦਾ 1 ਮਿੰਟ 'ਚ ਡੈਥ ਹੋ ਜਾਏ। ਇਹ ਨਾ ਟੌਪ ਦੇ ਡਾਕਟਰਾਂ ਨੂੰ ਇਹ ਗੱਲ ਪਤਾ ਹੁੰਦੀ ਆ ਕਿ ਕਿਹੜੀ ਵੇਨ ਕੱਟਣੀ ਆ ਜਿਹਦੇ ਕਰਕੇ ਸਾਰੀ ਬਾਡੀ ਦੀ ਬਲੱਡ ਸਰਕੂਲੇਸ਼ਨ 1 ਮਿੰਟ ਦੇ ਅੰਦਰ। ਬੇਟੀ ਡਾਕਟਰ ਲਾਈਨ 'ਚ ਹੈਗੀ ਆ, ਬਟ ਮੈਂ ਜਦੋਂ ਮੈਂ ਕੱਲ੍ਹ ਹੋਸਪਿਟਲ 'ਚ ਗਿਆ, ਜਦੋਂ ਮੈਨੂੰ ਪਤਾ ਲੱਗਾ ਹੈ ਨਾ, ਮੈਨੂੰ ਡਾਕਟਰ ਨੇ ਜਦੋਂ ਦੱਸਿਆ ਆ ਕੇ, ਕਹਿੰਦਾ ਉਹਦੀ ਡੈਥ ਤਾਂ ਕਰਕੇ ਹੋਈ ਆ, ਉਹਦੇ ਹਾਰਟ 'ਚ ਸਿੱਧਾ ਹੀ ਇੰਜੈਕਟ ਕੀਤਾ ਹੈ ਨਾ ਉਹਨੇ ਸ਼ਾਰ। ਮੇਰਾ ਉੱਥੇ ਰੋਣਾ, ਮੈਂ ਕਿਹਾ ਕਿ ਕਿਹੜਾ ਬੰਦਾ, ਕਿ ਇੰਡੀਆ ਦੇ ਬਦਮਾਸ਼ ਜਿਹੜੇ ਤਗੜੇ ਤਗੜੇ ਹੁੰਦੇ ਸੀ, ਉਹ ਵੀ ਕਹਿੰਦੇ ਸੀ ਕਿ ਸੱਟ ਮਾਰ ਦਿਓ, ਉਹ ਕਰ ਦਿਓ, ਇਹ ਬੰਦਾ ਮਾਰਨ ਐਡੀ ਕੀ ਦੁਸ਼ਮਣੀ, ਸਾਡਾ ਕਿਹੜਾ ਵੱਟ ਦਾ ਰੌਲਾ ਹੈ ਨਾ, ਕਿਸੇ ਨਾਲ ਜੱਟਾਂ ਦਾ ਸਾਡਾ ਚੱਲਦਾ, ਸਾਰਿਆਂ ਦਾ ਵੱਟਾਂ ਰੌਲੇ ਚੱਲਦੇ ਆ ਇੰਡੀਆ 'ਚ, ਇੱਥੇ ਕਿਹੜਾ ਵੱਟ ਦਾ ਸਾਡਾ ਕੀ ਰੌਲਾ ਹੈਗਾ ਕਿਸੇ ਬੰਦੇ ਨਾਲ, ਹੈ ਨਾ? ਕਿਹੜੀ ਗੱਲ ਤੋਂ ਸਾਡਾ ਮੁੰਡਾ ਮਾਰਿਆ, ਬਗੈਰ ਕਿਸੇ ਰੀਜ਼ਨ 'ਚ ਭੰਗ ਦੇ ਭਾਅ ਮੇਰਾ ਮੁੰਡਾ ਮਾਰ ਕੇ ਰੱਖਤਾ, ਹੈ ਨਾ? ਐਡਾ ਮੇਰੇ ਤੋਂ 4 ਇੰਚ ਉੱਚਾ ਮੁੰਡਾ। ਆਪੇ ਦੇਖੋ, ਜੇ ਉਹ ਉਹਦੇ ਦਿਲ ਤੱਕ ਪਹੁੰਚ ਗਿਆ, ਉਹ 6 ਫੁੱਟ 3 ਇੰਚ ਦਾ ਹੈ, ਤੇ ਓਨੀ ਹੀ ਹਾਈਟ ਹੋਊਗੀ ਉਹਦੀ ਬੰਦੇ ਦੀ ਵੀ, ਹਨਾ? ਤੇ ਪਹਿਲੀ ਗੱਲ, ਜੇ ਉਹ 17 ਸਾਲਾਂ ਦਾ ਉਹ ਸਕੂਲ ਦੀ ਪ੍ਰੈਮਿਸਿਸ ਤੇ ਚਾਕੂ ਲੈ ਕੇ ਕੀ ਆ ਗਿਆ, ਤੇ ਸਕੂਲ ਇਹਦੀ ਕੋਈ ਰਿਸਪੋਨਸਿਬਿਲਿਟੀ ਨਹੀਂ ਲੈ ਰਿਹਾ ਕਿ ਉਹ ਤੁਹਾਡੇ ਸਕੂਲ ਦਾ ਜਵਾਕ ਆ 17 ਸਾਲਾਂ ਦਾ ਹੈ, ਐਂਡ ਜੇ ਉਹ ਤੁਹਾਡੇ ਸਕੂਲ 'ਚ ਉਹਨੇ ਕਿਸੇ ਦੇ ਹਮਲਾ ਕੀਤਾ, ਚਾਕੂ ਲੈ ਕੇ ਆ ਗਿਆ, ਤੁਹਾਡੀ ਕੋਈ ਰਿਸਪੋਨਸਿਬਿਲਿਟੀ ਨਹੀਂ, ਤੁਹਾਡੀ ਕੋਈ ਸਿਕਿਉਰਿਟੀ ਨਹੀਂ, ਕੋਈ ਤਾਂ ਕੰਟੈਕਟ ਕਰੋ। ਮੈਂ FM ਤੇ 1 ਵਜੇ ਨਿਊਜ਼ ਸੁਣੀ, 1 ਵਜੇ FM ਤੇ ਮੈਂ ਟਰੱਕ ਚਲਾਉਂਦਾ ਹੈਗਾ, ਮੈਂ ਉੱਥੇ ਨਿਊਜ਼ ਸੁਣੀ ਕਿ ਸਟ੍ਰੈਬਿੰਗ ਹੋ ਗਈ। ਮੈਂ ਇੱਥੇ, ਮੇਰਾ ਛੋਟਾ ਬੇਟਾ ਪੜ੍ਹਦਾ ਹੈ ਨਾ,
ਤੇ ਮੈਂ ਸੁਣੀ, ਮੈਂ ਸਾਨੂੰ ਕਿਹਾ ਤਾਂ ਚਲੋ। ਬਸ ਮਤਲਬ ਤੇ ਜਦੋਂ ਬਾਅਦ ਚੋਂ ਇਹਦੇ ਫਰੈਂਡ ਦਾ ਮੈਨੂੰ ਫੋਨ ਆਇਆ, ਮੈਨੂੰ ਕਹਿੰਦਾ ਜੈਜੀ ਕਿਤੇ, ਮੈਂ ਕਿਹਾ ਮੈਨੂੰ ਨਹੀਂ ਪਤਾ ਘਰੇ ਹੋਊਗਾ ਹੈ ਨਾ। ਤੇ ਉਹਦੇ ਆਪਾਂ ਅੱਧੇ ਘੰਟੇ ਬਾਅਦ ਫਿਰ ਫੋਨ ਆ ਗਿਆ, ਕਹਿੰਦਾ ਜੈਜੀ ਦੇ ਨਾਈਫ ਵੱਜ ਗਿਆ। ਮੈਂ ਕਿਹਾ ਮੈਨੂੰ ਮੈਨੂੰ ਮੈਂ ਇਹ ਸੁਣਿਆ ਕਿ ਬਾਈਕ ਵੱਜ ਗਈ ਹੈ ਨਾ, ਮੈਨੂੰ ਲੱਗਿਆ ਜਿੱਦਾਂ ਮੈਂ ਟਰੱਕ ਚਲਾ ਰਿਹਾ ਸੀ। ਕਹਿੰਦਾ ਨਾਈਫ ਵੱਜ ਗਿਆ, ਮੇਰੇ ਤੋਂ ਹਾਈਵੇ ਦੇ ਉੱਤੇ ਬ੍ਰੇਕਾਂ ਵੱਜ ਗਈਆਂ ਟਰੱਕ ਦੀਆਂ। ਮੈਂ ਕਿਹਾ ਕੀ ਹੋ ਗਿਆ ਹੈ ਨਾ, ਮੈਂ ਕੋਕੇਟਲਮ ਤੋਂ ਜਾ ਰਿਹਾ ਸੀ ਡੈਲਟਾ ਨੂੰ, ਅਤੇ ਮੈਂ ਮਸਾਂ ਹੀ ਟਰੱਕ ਲੈ ਕੇ ਗਿਆ, ਮੈਂ ਉੱਥੇ ਟਰੱਕ ਖੜਾ ਕੀਤਾ ਮੈਂ ਆਪ ਤੋਂ। ਤਾਂ ਤੁਸੀਂ ਵੀਡੀਓ ਸੁਣ ਹੀ ਲਈ ਹੋਣੀ, ਆਖਿਰ ਕਿਸ ਤਰ੍ਹਾਂ ਇੱਕ ਪਿਓ ਆਪਣੇ ਮਰੇ ਪੁੱਤ ਦਾ ਬਿਆਨ ਕਰ ਰਿਹਾ ਹੈ, ਤੇ ਉਸਦੀ ਭੈਣ ਆਪਣੇ ਪਿਓ ਨੂੰ ਹੀ ਦਿਲਾਸਾ ਦੇ ਰਹੀ ਹੈ ਕਿ ਇਹ ਸਮਾਂ ਰੋਣ ਦਾ ਨਹੀਂ ਹੈਗਾ, ਇਨਸਾਫ ਦਾ ਹੈਗਾ। ਤਾਂ ਤੁਸੀਂ ਵੀ ਵੱਧ ਤੋਂ ਵੱਧ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਖਰ ਜਿਸਨੇ ਵੀ ਇਹ ਬੇਰਹਿਮੀ ਨਾਲ ਕਤਲ ਕੀਤਾ ਹੈ ਉਸਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਤੇ ਤੁਸੀਂ ਜੁੜੇ ਹੋਏ ਹੋ ਗ੍ਰੀਵੈਂਸ ਸਟੋਰੀਜ਼ ਦੇ ਨਾਲ, ਤੇ ਅੱਜ ਦੀ ਇਹ ਵੀਡੀਓ ਆਪਾਂ ਉਰੇ ਹੀ ਖਤਮ ਕਰਦੇ ਹਾਂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੁੜੇ ਰਹਿਣ ਲਈ। ਸਤਿ ਸ਼੍ਰੀ ਅਕਾਲ।